सामने दिल्ली से बहुत बड़ा अमेंडमेंट बैठी हूँ, मजबूरन प्रेस कॉन्फ्रेंस कर रही हूँ। सात बार की सिख सरना खातिर उन्होंने प्रार्थना सार हरिंदर सिंह सरना आगा मैंने तू तू करके बोलते नहीं चंगी गल आ, क्योंकि जैसे उन्होंने जिंदगी के अंदर उन्होंने वे कोई वटेरिया वालों संस्कार मिले ने, वो अपनी भाषा में नहीं बदल सकते। गाना कहना और बदली जी करना उन्होंने पूरी कि जो इंसान गुरुद्वारे को कंगाल बोल सकता है उसकी मानसिकता उसकी सोच कितों तक गई होगी, वो सियासी रंग कि लिपट चुका होगा, वो संगत में जाना समझेगा। ਜਦੋਂ ਵੀ ਉਹ ਪਾਕਿਸਤਾਨ ਪਾਉਂਦੇ ਆ ਪਤਾ ਨਹੀਂ ਉਹ ਲੋਕ ਨੂੰ ਕੀ ਖਵਾ ਕੇ ਭੇਜਦੇ ਆ, ਖੁਦ ਦੇ ਫਿਰਦੇ ਆ, ਖੁਦ ਦੇ ਖੁਦ ਦੇ, ਜਿਵੇਂ ਪਤਾ ਖੁਦ ਦਾ ਹੋਗਾ ਨਾ, ਖੁਦ ਦੇ ਫਿਰਦੇ। 2004 ਤੋਂ ਨਗਰ ਕੀਰਤਨ ਲੈ ਕੇ ਗਏ ਸੀ, ਉਸ ਨਗਰ ਕੀਰਤਨ ਦਾ ਇੱਕ ਵੀ ਪੈਸਾ ਕਦੇ ਕਿਸੇ ਗੁਰੂ ਚ ਜਮ੍ਹਾਂ ਨਹੀਂ ਹੋਇਆ, ਉਹ ਦਰਨਾ ਸਾਹਿਬ ਦੇ ਉੱਪਰ ਅੱਜ ਵੀ ਉਹਨਾਂ ਦੇ ਕੋਲ ਆ, ਉਹ ਪੈਸਾ ਕਦੇ ਸੰਗਤ ਨੂੰ ਨਹੀਂ ਮਿਲਿਆ। ਸਾਹਮਣੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਮਜਬੂਰਨ ਪ੍ਰੈਸ ਕਾਨਫਰੰਸ ਕਰਨੀ ਪਈ, ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਦੋਂ ਮੁਕੱਦਸ 550 ਸਾਲ ਦਾ ਪ੍ਰਕਾਸ਼ ਪੁਰਬ ਆ ਰਿਹਾ, ਜਿਸ ਨੂੰ ਪੂਰੀ ਦੁਨੀਆ ਬੜੇ ਹੀ ਸ਼ਰਧਾ ਨਾਲ ਸਤਿਕਾਰ ਨਾਲ ਔਰ ਦੂਜੇ ਧਰਮਾਂ ਦੇ ਲੋਕ ਔਰ ਦੂਜੇ ਧਰਮਾਂ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਬਹੁਤ ਹੀ ਵੱਡੇ ਪੱਧਰ 'ਤੇ ਮਨਾ ਰਹੇ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਉਪਮਾ ਔਰ ਵਡਿਆਈ ਹਰ ਮੁਲਕ ਅੰਦਰ ਹੋ ਰਹੀ ਆ, ਇਹੋ ਜਿਹੇ ਵੇਲੇ ਐਸੀਆਂ ਕੰਟਰੋਵਰਸੀਆਂ ਖੜੀਆਂ ਕੀਤੀਆਂ ਜਾਣ ਜਿਹਦੇ ਨਾਲ ਸਮਾਜ ਦੇ ਅੰਦਰ ਇੱਕ ਗਲਤ ਸੰਦੇਸ਼ ਜਾਵੇ। ਸਰਦਾਰ ਪਰਮਜੀਤ ਸਿੰਘ ਸਰਨਾ ਅਤੇ ਉਹਨਾਂ ਦੇ ਭਰਾਤਾ ਸਰਦਾਰ ਹਰਵਿੰਦਰ ਸਿੰਘ ਸਰਨਾ ਆਗਾ ਮੈਨੂੰ ਤੂੰ ਤੂੰ ਕਰਕੇ ਬੋਲਦੇ ਨੇ ਚੰਗੀ ਗੱਲ ਆ, ਕਿਉਂਕਿ ਜੈਸੇ ਉਹਨਾਂ ਨੂੰ ਜ਼ਿੰਦਗੀ ਦੇ ਅੰਦਰ ਉਹਨਾਂ ਦੇ ਵੱਡੇ ਕੋਈ ਵਡੇਰਿਆਂ ਵੱਲੋਂ ਸੰਸਕਾਰ ਮਿਲੇ ਨੇ, ਉਹ ਆਪਣੀ ਭਾਸ਼ਾ ਨੂੰ ਨਹੀਂ ਬਦਲ ਸਕਦੇ। ਗਾਣਾ ਕੱਢਣ ਔਰ ਬਦਤਮੀਜ਼ੀ ਕਰਨਾ ਉਹਨਾਂ ਦੀ ਖੂਬੀ ਆ, ਪਰ ਮੈਂ ਉਹਨਾਂ ਨੂੰ ਵਧਾਈ ਦਿੰਦਾ ਇਸ ਗੱਲ ਦੀ ਕਿ ਪਰਮਾਤਮਾ ਨੇ ਅਜੇ ਤੱਕ ਉਹਨਾਂ 'ਤੇ ਇਹ ਬਖਸ਼ਿਸ਼ ਬਣਾ ਕੇ ਰੱਖੀ, ਇਹਨੂੰ ਕਹਿੰਦੇ ਮਤ ਮਾਰਨਾ। ਸਭ ਤੋਂ ਵੱਡੀ ਗੱਲ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜੋ ਵੱਡੇ ਸਮਾਗਮ ਕਰਾਏ ਜਾ ਰਹੇ ਪੂਰੀ ਦੁਨੀਆ ਦੇ ਅੰਦਰ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਤਿਹਾਸਕ ਪ੍ਰੋਗਰਾਮ ਕਰਾਏ ਹਨ, ਔਰ ਆਉਣ ਵਾਲੇ ਦਿਨਾਂ ਦੇ ਅੰਦਰ ਲਗਾਤਾਰ ਸਾਡੇ ਬਹੁਤ ਵੱਡੇ ਵੱਡੇ ਸਮਾਗਮ ਹੋਣੇ ਆ, ਜਿੱਥੇ ਅਸੀਂ ਰੂਹਾਨੀ ਪ੍ਰਕਾਸ਼ ਜਿਸ ਪ੍ਰੋਗਰਾਮ ਦੇ ਅੰਦਰ ਡਾਕਟਰ ਮਨਮੋਹਨ ਸਿੰਘ ਜੀ ਨੇ ਵੀ, ਸ਼੍ਰੀ ਰਾਜਨਾਥ ਜੀ ਨੇ ਔਰ ਹਜ਼ਾਰਾਂ ਦਿੱਲੀ ਦੀ ਸੰਗਤ ਨੇ ਸ਼ਿਰਕਤ ਕੀਤੀ, ਜਿਹੜਾ ਹੁਣ ਤੱਕ ਦਾ ਇਤਿਹਾਸਿਕ ਪ੍ਰੋਗਰਾਮ ਅੱਜ ਤੱਕ ਕਿਸੇ ਨੇ ਵੀ ਇੰਨਾ ਵੱਡਾ ਸਮਾਗਮ ਕੀਤਾ। ਇਹ ਦਿੱਲੀ ਦੀ ਸੰਗਤ ਦਾ ਸਮਾਗਮ ਸੀ ਔਰ ਦਿੱਲੀ ਦੀ ਸੰਗਤ ਨੇ ਹੀ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ। ਮੈਂ ਜਿੱਥੇ ਪਹਿਲਾਂ ਤੋਂ ਦਿੱਲੀ ਦੀ ਸੰਗਤ ਦਾ ਆਪਣੇ ਸਕੂਲ ਕਾਲਜ ਦਾ ਧੰਨਵਾਦ ਕਰਦਾ, ਉੱਥੇ ਸਰਨਾ ਸਾਹਿਬ ਨੂੰ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਸ਼ਾਇਦ ਤੁਹਾਨੂੰ ਦੱਸਣਾ ਪੜੇਗਾ ਕਿ ਮੈਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਵਾਸਤੇ ਵਿਸ਼ੇਸ਼ ਤੌਰ 'ਤੇ ਨਿਯੋਤਾ ਭੇਜਿਆ ਸੀ, ਰੇਤਨ ਅੰਦਰ ਚਿੱਠੀ ਲਿਖ ਕੇ ਭੇਜੀ ਸੀਗੀ, ਕਾਰਡ ਵੀ ਭੇਜੇ ਸੀ ਕਿ ਸਤਿਕਾਰਯੋਗ ਤੁਸੀਂ ਪਧਾਰ ਰਹੇ ਜੇ ਗੁਰਪੁਰਬ ਦਾ ਪ੍ਰੋਗਰਾਮ ਆ ਔਰ ਤੁਹਾਨੂੰ ਇਹਨਾਂ ਪ੍ਰੋਗਰਾਮ ਸ਼ਿਰਕਤ ਕਰਨੀ ਚਾਹੀਦੀ, ਲੇਕਿਨ ਉਹਨਾਂ ਨੂੰ ਰਾਜਨੀਤੀ ਤੋਂ ਵੇਹ ਨਹੀਂ, ਉਹਨਾਂ ਨੂੰ ਕੇਵਲ ਔਰ ਕੇਵਲ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਕਿ ਬਹੁਤ ਹੀ ਸਿੱਖਾਂ ਦੀ ਪਵਿੱਤਰ ਸੰਸਥਾ ਹੈ ਜਿਹਦੇ 'ਚ ਅੱਜ ਮੈਨੂੰ ਪ੍ਰਧਾਨ ਦੇ ਰੂਪ ਅੰਦਰ ਸੇਵਾ ਕਰਨ ਦਾ ਮੌਕਾ ਮਿਲਿਆ, ਪਰ ਇਹਦੇ ਅੰਦਰ ਕਿਸੇ ਵੀ ਆਪਣੇ ਇਨਸਾਨ ਦੀ ਆਪਣੀ ਕੋਈ ਮੁਕਤ ਨਹੀਂ, ਕਿਉਂਕਿ ਇਹ ਸੰਸਥਾ ਬਹੁਤ ਉੱਚੀ ਆ, ਇਹਦਾ ਸਤਿਕਾਰ ਦੁਨੀਆਂ 'ਚ ਆ ਔਰ ਕੁਛ ਲੋਕ ਇਸ ਸੰਸਥਾ ਨੂੰ ਢਾਹ ਲਾਉਣ 'ਤੇ ਲੱਗੇ ਨੇ। ਮੈਂ ਪਹਿਲਾਂ ਦੋ ਤਿੰਨ ਗੱਲਾਂ ਕਰਕੇ ਫਿਰ ਆਪਣਾ ਤੁਹਾਨੂੰ ਨਗਰ ਕੀਰਤਨ ਦੀ ਜਾਣਕਾਰੀ ਦਊਂਗਾ। ਇੱਕ ਮੈਂ ਇਹ ਬੇਨਤੀ ਕਰਨਾ ਚਾਹੁੰਦਾ, ਮੈਂ ਫਿਰ ਕਹਾਂ
ਮੈਂ ਪ੍ਰੈਸ ਕਾਨਫਰੰਸ ਕਦੀ ਨਹੀਂ ਕਰਦੀ ਸੀ, ਮੈਂ ਉਸ ਨੈਗੇਟਿਵਿਟੀ ਉਹਨਾਂ ਦੀ ਨੈਗੇਟਿਵਿਟੀ ਦੇ ਖਿਲਾਫ਼ ਕਦੀ ਬੋਲਣਾ ਚਾਹੁੰਦਾ, ਜੋ ਜੀ ਕਰਦਾ ਬੋਲੀ ਜਾਣ, ਕਿਉਂਕਿ ਮੇਰਾ ਮਕਸਦ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰੂ ਦਾ ਆਪਣੇ ਜ਼ਿੰਦਗੀ ਦਾ ਪਲ ਪਲ ਘੜੀ ਘੜੀ ਸਵਾਸ ਸਵਾਸ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹੈ ਕਿ ਜਿਸ ਦਿਨ ਦਾ ਮੈਂ ਪ੍ਰਧਾਨ ਬਣਿਆ ਹੈ ਮੈਂ ਹੋਰ ਕੋਈ ਕੰਮ ਨਾ ਕਰਕੇ ਕੇਵਲ ਔਰ ਕੇਵਲ ਗੁਰੂ ਸਾਹਿਬ ਦੇ ਇਸ ਪ੍ਰਕਾਸ਼ ਪੁਰਬ ਦੇ ਦੌਰਾਨ ਅਸੀਂ ਦਿੱਲੀ ਦੀਆਂ ਸੰਗਤਾਂ ਨਾਲ ਮਿਲ ਕੇ ਪੂਰੀ ਦੁਨੀਆ ਦੇ ਅੰਦਰ ਵੱਡੇ ਪੱਧਰ ਤੇ ਮਨਾ ਸਕੀਏ। ਸਾਡੀ ਸਾਰੀ ਟੀਮ ਜਿਹੜੀ ਇੱਥੇ ਬੈਠੀ ਆ ਇਹ ਆਪਣਾ ਇੱਕ ਇੱਕ ਸਮਾਂ ਜਿਹੜਾ ਇੱਕ ਪਲ ਇਸ ਕੰਮ ਲਈ ਲਾ ਰਹੀ ਹੈ। ਪਰ ਮੈਂ ਕਿਉਂ ਮਜਬੂਰ ਹੋਇਆ? ਦੋ ਕਾਰਨ। ਇੱਕ, ਵਾਰ ਵਾਰ ਸੰਗਤ ਦਾ ਇਹ ਮੈਸੇਜ ਆਇਆ ਸੀ ਕਿ ਸਰਨਾ ਸਾਹਿਬ ਨੇ ਗੁਰਦੁਆਰੇ ਨੂੰ ਕੰਗਾਲ ਕੇ ਆਏ ਔਰ ਤੁਸੀਂ ਗੁਰਦੁਆਰੇ ਦੇ ਪਤਾ ਕੇ ਤੁਹਾਨੂੰ ਬੋਲਣਾ ਚਾਹੀਦਾ। ਮੈਂ ਬੜੇ ਦੁੱਖ ਨਾਲ ਬੜੇ ਅਫਸੋਸ ਨਾਲ ਇਹ ਗੱਲ ਕਹਿਣਾ ਚਾਹੁੰਦਾ ਹੈ, ਸਰਨਾ ਸਾਹਿਬ ਗੁਰਦੁਆਰਾ ਸਾਹਿਬ ਕੰਗਾਲ ਨਹੀਂ ਹੁੰਦੇ। ਤੁਹਾਡੀ ਸ੍ਰੀ ਭਾਸ਼ਾ ਹੈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸਾਂ ਦੇ ਗੁਰਦੁਆਰਾ ਸਾਹਿਬ ਨੂੰ ਕੰਗਾਲ ਕਹਿਣਾ ਜਾਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਪਵਿੱਤਰ ਸਥਾਨ ਬੰਗਲਾ ਸਾਹਿਬ ਨੂੰ ਕੰਗਾਲ ਕਹਿਣਾ ਜਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਥਾਨ ਨੂੰ ਕੰਗਾਲ ਕਹਿਣਾ ਜਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਨਕ ਚੌਕ ਪਵਿੱਤਰ ਸਥਾਨ ਨੂੰ ਕੰਗਾਲ ਕਹਿਣਾ, ਇਹ ਤੁਹਾਡੀ ਮਾਨਸਿਕਤਾ ਨੂੰ ਦਰਸਾਉਂਦਾ। ਮੈਂ ਤੁਹਾਡੇ ਖਿਲਾਫ਼ ਨਾ ਕੁਛ ਬੋਲ ਕੇ ਕੇਵਲ ਸੰਗਤ ਤੇ ਗੱਲ ਛੱਡਦਾ ਹੈ ਕਿ ਜਿਹੜਾ ਇਨਸਾਨ ਗੁਰਦੁਆਰਿਆਂ ਨੂੰ ਕੰਗਾਲ ਬੋਲ ਸਕਦਾ ਹੈ ਉਹਦੀ ਮਾਨਸਿਕਤਾ ਉਹਦੀ ਸੋਚ ਕਿੱਥੋਂ ਤੱਕ ਗਈ ਹੋਊਗੀ, ਉਹ ਸਿਆਸੀ ਰੰਗ 'ਚ ਕਿੰਨਾ ਲਿਪਟ ਚੁੱਕਿਆ ਹੋਊਗਾ ਉਹ ਸੰਗਤ ਨੂੰ ਜਾਣਨ ਦਿਓ। ਦੂਜੀ ਗੱਲ, ਜਦੋਂ ਵੀ ਉਹ ਪਾਕਿਸਤਾਨ ਤੋਂ ਆਉਂਦੇ ਆ ਪਤਾ ਨਹੀਂ ਉਹ ਲੋਕ ਨੂੰ ਕੀ ਖਵਾ ਕੇ ਭੇਜਦੇ ਆ, ਖੁਦ ਦੇ ਫਿਰਦੇ ਆ, ਖੁਦ ਦੇ ਜਿਵੇਂ ਬੰਦਾ ਖੁਦ ਦਾ ਹੁੰਦਾ ਨਾ, ਖੁਦ ਦੇ ਫਿਰਦੇ ਆ। ਗੁਰਪੁਰਬ ਤੇ ਆ ਪ੍ਰਕਾਸ਼ ਗੁਰੂ ਨਿਕਲਣਾ, ਨਗਰ ਕੀਰਤਨ ਨਿਕਲਣਾ, ਤੁਸੀਂ ਜੁਗ ਜੁਗ ਕੱਢੋ, ਸਾਨੂੰ ਕੋਈ ਮਤਲਬ ਨਹੀਂ, ਤੁਹਾਨੂੰ ਪੁੱਛਿਆ ਕਦੀ? ਹਾਲਾਂਕਿ ਸਾਨੂੰ ਪਤਾ ਤੁਸੀਂ ਨਗਰ ਕੀਰਤਨ ਨਹੀਂ ਕੱਢਣਾ, ਤੁਸੀਂ ਕੇਵਲ ਇੱਥੇ ਸਿਆਸਤ ਕਰਦੇ ਹੋ, ਦਿੱਲੀ ਕਮੇਟੀ ਨੂੰ ਬਦਨਾਮ ਕਰ। ਮੈਂ ਜਿਹੜੀ ਗੱਲ ਕਹੂੰਗਾ ਕਦੀ ਸਰਨਾ ਸਾਹਿਬ ਨੇ ਤੱਥਾਂ ਨਾਲ ਗੱਲ ਨਹੀਂ ਕੀਤੀ, ਪਰ ਮੈਂ ਕਾਗਜ਼ਾਂ ਨਾਲ ਗੱਲ ਕਰਨ 'ਚ ਯਕੀਨ ਕਰਦਾ, ਮੈਂ ਮੁਜਮਾਂ ਦੀ ਗੱਲ ਕਰਨ ਯਕੀਨ ਨਹੀਂ ਕਰਦਾ। ਸਭ ਤੋਂ ਪਹਿਲਾਂ ਮੈਂ ਦੱਸਿਆ ਦੋ ਕਾਰਨ, ਪਹਿਲਾ ਕਾਰਨ ਸੰਗਤ ਦਾ, ਦੂਜਾ ਕਾਰਨ ਮੈਨੂੰ ਪਾਕਿਸਤਾਨ ਦੇ ਸਿੰਘਾਂ ਨੇ ਸਰਨਾ ਸਾਹਿਬ ਦੇ ਖਿਲਾਫ਼ ਪਾਕਿਸਤਾਨ ਦੇ ਅੰਦਰ ਇੱਕ ਖੂਬਸੂਰਤ ਲੇਖ ਲਗਾ, ਜਿਹੜਾ ਲੇਖ ਮੁਹੰਮਦ ਅਸਲਮ ਖਾਨ ਜੀ ਨੇ ਲਗਾਇਆ। ਆਹ ਲੇਖ ਮੁਹੰਮਦ ਅਸਲਮ ਖਾਨ ਜੀ ਨੇ ਇਹ ਲੇਖ ਲਗਾਇਆ ਪਾਕਿਸਤਾਨ ਦੇ ਅੰਦਰ, ਇੱਕ ਬਹੁਤ ਹੀ ਪ੍ਰੋਮੀਨੈਂਟ ਉਹ ਤਰ੍ਹਾਂ ਨਿਊਜ਼ ਪੇਪਰ ਆ, ਨਵਾਏ ਵਕਤ ਇੱਕ ਪ੍ਰੋਮੀਨੈਂਟ ਪਾਕਿਸਤਾਨ ਦਾ ਨਿਊਜ਼ ਪੇਪਰ ਆ, ਔਰ ਉਹਦੇ ਸੀਨੀਅਰ ਲੀਡਰ ਜਿਹੜੇ ਨੇ ਮੁਸਲਮ ਮੁਹੰਮਦ ਅਸਲਮ ਖਾਨ ਸਾਹਿਬ ਨੇ ਬੜੇ ਖੂਬਸੂਰਤ ਅਲਫਾਜ਼ਾਂ ਸਰਨਾ ਸਾਹਿਬ ਦੀ ਸ਼ਖਸੀਅਤ ਨੂੰ ਪੇਸ਼ ਕੀਤਾ। ਕੀ ਕਿਹਾ ਉਹਨਾਂ ਨੇ? ਉਹਨੇ ਕਿਹਾ ਕਿ ਪਰਮਜੀਤ ਸਿੰਘ ਸਰਨਾ ਇਸ ਹਵਾਲੇ ਸੇ ਭਾਰਤ ਦੀ ਸਰਕਾਰ ਕੇ ਪਰਮਜੀਤ ਸਿੰਘ ਸਰਨਾ ਕਾਰ ਸੇਵਾ ਕੇ ਲੀਏ ਪਾਕਿਸਤਾਨ ਕਾਇਮ ਕੇ ਲੀਏ ਮੁੱਦਤ ਵੀਜ਼ਾ ਲਗਵਾ ਰਹੇ ਹਨ, ਤਾਮੁਲਤ ਸਾਰੀ ਉਮਰ ਦਾ ਵੀਜ਼ਾ ਲਗਵਾ ਰਹੇ ਹਨ, ਬੇਸ਼ਕੀਮਤੀ ਤੋਹਫ਼ੋਂ ਕੇ ਲੀਏ ਉਹ ਜਾਣੇ ਜਾਤੇ ਹੈ, ਉੱਥੇ ਜਾ ਕੇ ਬੇਸ਼ਕੀਮਤੀ ਤੋਹਫ਼ੇ ਦੇਣ ਵਾਸਤੇ ਉਹ ਜਾਣੇ ਜਾਂਦੇ ਨੇ। ਔਰ ਗੁਰਸ਼ਿਤ ਦਿਨੋਂ ਮੇਂ ਲੈਫਟਨੈਂਟ ਜਨਰਲ ਜਾਵੇਦ ਇਕਬਾਲ ਉਹ ਉਮਰ ਕੈਦ ਹੋਰ ਵੀ ਨਾਮ ਦੱਸੇ ਬਗੇ ਰਾਜਾ ਰਿਜਵਾਨ ਨੂੰ ਸਭ ਨੂੰ ਹੋਇਆ ਔਰ ਉਸੀ ਜਸੂਸੀ ਕੇ ਜੁਰਮ ਸਾਬਿਤ ਹੋਣੇ ਪਰ ਉਹ ਸਜ਼ਾਏ ਮੌਤ ਹੋਈ ਤੇ ਉਹ ਕਹਿ ਰਹੇ ਕਿ ਸਰਨਾ ਸਾਹਿਬ ਵੀ ਇਹ ਜਸੂਸੀ ਕਰਨੋਂ ਕਿਉਂ ਹੁੰਦੇ, ਮੈਨੂੰ ਨਹੀਂ ਪਤਾ, ਮੈਂ ਲੇਖ ਦੀ ਗੱਲ ਕਰ ਰਿਹਾ। ਦੂਜੀ ਗੱਲ, ਇਸ ਲੇਖ ਦਾ ਸ਼ੀਰਸ਼ਕ ਆ ਦੌਲਤ ਕਾ ਖੇਲ ਔਰ ਭਾਰਤੀ ਦਹਿਸ਼ਤਗਰਦੀ, ਦੌਲਤ ਕਾ ਖੇਲ ਔਰ ਭਾਰਤੀ ਦਹਿਸ਼ਤਗਰਦੀ। ਦੌਲਤ ਕਾ ਖੇਲ ਉਹ ਕੀ ਕਹਿੰਦੇ ਨੇ? ਲਿਖਦੇ ਨੇ ਪਾਕਿਸਤਾਨ ਮੇ ਕਿਸੀ ਜਿਸਨੇ ਪਾਕਿਸਤਾਨ ਮੇ 450 ਮਿਲੀਅਨ ਡਾਲਰ ਕਾ ਫੰਡ ਆਇਆ ਜੋ ਕਿ ਇਤਿਹਾਸਿਕ ਗੁਰਦੁਆਰੋਂ ਮੇ ਲਗਨੇ ਕੇ ਲੀਏ, ਸਾਢੇ ਚਾਰ ਸੌ ਮਿਲੀਅਨ ਡਾਲਰ ਜੋ ਕਿ ਉਹ ਕਹਿ ਰਹੇ 80-90 ਕਰੋੜ ਬਣਦਾ ਹੈ, ਉਹਨੂੰ ਕਿੰਨਾ ਬਣਦਾ ਜੋ ਵੀ
ਉਹ ਕਹਿੰਦੇ ਨੇ ਕਿ ਇਹ ਸਾਰੇ ਫੈਸਲੇ ਖੇਲ ਆ, ਸਾਹਿਬ ਪਰਮਜੀਤ ਸਿੰਘ ਸਾਹਿਬ ਨੂੰ ਉੱਥੇ ਆਉਂਦੇ ਨੇ। ਮੈਂ ਇਹਦੇ ਵਿੱਚ ਦੋ ਗੱਲਾਂ ਕਰਨਾ ਚਾਹੁੰਦਾ ਹਾਂ, ਸਰਨਾ ਸਾਹਿਬ ਅਗਰ ਸੰਗਤ ਨੂੰ ਜਵਾਬ ਦੇ ਸਕਣ ਤਾਂ ਬਹੁਤ ਵਧੀਆ ਹੋਊਗਾ। ਇੱਕ 2004 ਤੋਂ ਨਗਰ ਕੀਰਤਨ ਲੈ ਕੇ ਗਏ ਸੀ, ਉਸ ਨਗਰ ਕੀਰਤਨ ਦਾ ਇੱਕ ਵੀ ਪੈਸਾ ਕਦੇ ਕਿਸੇ ਗੁਣ ਚ ਜਮ੍ਹਾਂ ਨਹੀਂ ਹੋਇਆ, ਉਹ ਸਰਨਾ ਸਾਹਿਬ ਦੇ ਕੋਲ ਅੱਜ ਵੀ ਉਹਨਾਂ ਦੇ ਕੋਲ ਆ, ਉਹ ਪੈਸਾ ਕਦੇ ਸੰਗਤ ਨੂੰ ਨਹੀਂ ਮਿਲਿਆ। ਇਹ ਚਿੱਕਰ ਚੁੱਕਣ ਦੀ ਮੈਂ ਗੱਲ ਕਹਿਣਾ ਨਹੀਂ ਚਾਹੁੰਦਾ ਸੀਗਾ, ਕਿਉਂਕਿ ਸਾਡਾ ਫੋਕਸ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਕੋਲ ਪਿਆ। ਪਰ ਅੱਜ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਹੈ ਕਿ 2004 ਦਾ ਨਗਰ ਕੀਰਤਨ ਦਾ ਇੱਕ ਵੀ ਰੁਪਿਆ ਦਿੱਲੀ ਗੁਰਦੁਆਰਾ ਮੈਨੇਜਮੈਂਟ ਖਾਤਿਆਂ 'ਚ ਨਹੀਂ ਜਮ੍ਹਾਂ ਹੋਇਆ, ਪਰਮਜੀਤ ਸਿੰਘ ਸਰਨਾ ਸਾਹਿਬ ਦੇ ਪਰਿਵਾਰ ਕੋਲ, ਉਹਨਾਂ ਰਿਸ਼ਤੇਦਾਰਾਂ ਕੋਲ ਭੁਲਾ ਜਾਣ। ਦੂਜਾ, 2004 ਅੰਦਰ ਜਦੋਂ ਨਗਰ ਕੀਰਤਨ ਲੈ ਕੇ ਗਏ, ਉਹਨਾਂ ਨੇ ਜਿਹੜੀਆਂ ਪਰਮਿਸ਼ਨਾਂ ਲਈਆਂ ਉਹਨਾਂ 'ਚੋਂ ਅੱਜ ਤੱਕ ਉਹਨਾਂ ਨੇ ਇੱਕ ਵੀ ਪਰਮਿਸ਼ਨ ਅਪਲਾਈ ਨਹੀਂ ਕੀਤੀ। ਕਿਉਂ? ਕਿਉਂਕਿ ਉਹਨਾਂ ਨਗਰ ਕੀਰਤਨ ਹੀ ਖੜਨਾ, ਉਹਨਾਂ ਨਗਰ ਕੀਰਤਨ ਜਾਣਾ ਹੈ। ਉਹਨਾਂ ਕੇਵਲ ਔਰ ਕੇਵਲ ਸਾਡੇ ਮਾਧਿਅਮ ਤੋਂ ਭਾਰਤ ਸਰਕਾਰ ਨੂੰ ਬਦਨਾਮ ਕਰਨਾ ਔਰ ਦਿੱਲੀ ਕਮੇਟੀ ਨੂੰ ਇਹ ਕਹਿ ਕੇ ਬਦਨਾਮ ਕਰਨਾ ਸਾਡਾ ਨਗਰ ਕੀਰਤਨ ਨਹੀਂ ਕੱਢਣ। ਹੁਣ ਮੈਂ ਤੁਹਾਨੂੰ ਦੱਸਦਾ ਹੈ, ਆਹ 15/11/2005 ਦੀ ਚਿੱਠੀ ਆ ਜਿਹੜੀ ਸਰਦਾਰ ਪਰਮਜੀਤ ਸਿੰਘ ਸਰਮਾ ਨੇ ਆਪਣੇ ਸਾਈਨਾਂ ਥੱਲੇ ਭੇਜੀ ਆ ਜੁਆਇੰਟ ਸੈਕਟਰੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੂੰ, ਪਰਮਿਸ਼ਨ ਟੂ ਕ੍ਰੋਸ ਦੀ ਬਾਰਡਰ ਔਨ ਫੁੱਟ, ਬਾਰਡਰ ਨੂੰ ਫੁੱਟ ਤੇ ਕ੍ਰੋਸ ਕਰਨ ਵਾਸਤੇ ਸਾਨੂੰ ਪਰਮਿਸ਼ਨ ਦਿੱਤੀ ਜਾਵੇ। ਉਹਨਾਂ ਲਿਖਿਆ ਹੈ ਕਿ ਅਸੀਂ ਬਾਰਡਰ ਕ੍ਰੋਸ ਕਰਨਾ, ਜੋ ਕਿ ਨਗਰ ਕੀਰਤਨ ਹੀ ਕਰਨਾ ਚਾਹੀਦਾ। ਫਿਰ ਉਹਨਾਂ ਨੇ ਜਨਰਲ ਮੈਨੇਜਰ ਫੋਰਨ ਅਫੇਅਰ ਨੂੰ ਲਿਖੀ ਆ 6 ਅਕਤੂਬਰ 2005 ਨੂੰ। ਫਿਰ ਉਹਨਾਂ ਲਿਖਿਆ ਜੁਆਇੰਟ ਸੈਕਟਰੀ ਮਿਨਿਸਟਰੀ ਫੋਰ ਐਕਸਟਰਨਲ ਅਫੇਅਰਸ ਨੂੰ ਕਿ ਸਾਨੂੰ ਇਹ ਸਾਨੂੰ ਜਗ੍ਹਾ ਦਿੱਤੀ, ਅਸੀਂ ਇੰਸਟਾਲ ਕਰਨ ਜਾ ਰਹੇ, ਬਾਕੀ ਸਮੇਂ ਦੀ ਪਰਮਿਸ਼ਨ ਦਿੱਤੀ ਜਾਵੇ। ਫਿਰ ਉਹਨਾਂ ਲਿਖੀ ਆ ਦੀਪਕ ਮਿੱਤਲ ਡਾਇਰੈਕਟਰ ਇੰਟਰਨਲ ਸਿਕਿਉਰਟੀ ਨੂੰ ਐਮਐਚਏ ਅੰਦਰ, ਜਿੱਥੇ ਉਹਨਾਂ ਲਿਖਿਆ ਕਿ ਸਾਡੀ ਪਾਲਕੀ ਸਾਹਿਬ ਜਾ ਰਹੀ ਹੈ, ਸਾਡੀ ਗੱਡੀ ਜਾ ਰਹੀ, ਸਾਨੂੰ ਜਾ ਕੇ ਨਗਰ ਕੀਰਤਨ ਇੰਜਾਮ ਦੀ ਪਰਮਿਸ਼ਨ ਦਿੱਤੀ ਜਾਵੇ। ਫਿਰ ਉਹਨਾਂ ਲਿਖਿਆ ਡਾਇਰੈਕਟਰ ਜਨਰਲ ਆਫ ਬਾਰਡਰ ਟ੍ਰੇਡ ਅਫੇਅਰ ਨੂੰ ਕਿ ਸਾਨੂੰ ਇਹਦੀ ਪਰਮਿਸ਼ਨ ਦਿੱਤੀ ਜਾਵੇ। ਫਿਰ ਇਹ ਪਰਮਿਸ਼ਨ ਮਿਲਣ ਤੋਂ ਬਾਅਦ ਉਹਨਾਂ ਨੂੰ ਜੁਆਇੰਟ ਡਾਇਰੈਕਟਰ ਫੋਰਨ ਟ੍ਰੇਡ ਤੋਂ ਪਰਮਿਸ਼ਨ ਮਿਲ ਰਹੀ ਆ, ਪਰਮਿਸ਼ਨ ਫੋਰ ਕੈਰਿੰਗ ਪਾਲਕੀ ਸਾਹਿਬ। ਫਿਰ ਉਹਨਾਂ ਨੂੰ ਨਗਰ ਕੀਰਤਨ ਦੀ ਪਰਮਿਸ਼ਨ ਮਿਲੀ ਕਿ ਤੁਸੀਂ ਆਪਣਾ ਨਗਰ ਕੀਰਤਨ ਔਨ ਫੁੱਟ ਲਿਜਾ ਸਕਦੇ ਜੀ। ਇਹ ਸਾਰੀਆਂ ਪਰਮਿਸ਼ਨਾਂ ਸਰਦਾਰ ਪਰਮਜੀਤ ਸਿੰਘ ਸਰਮਾ ਨੇ ਭਾਰਤ ਸਰਕਾਰ ਤੋਂ ਲਈਆਂ। ਜਿਹੜੀਆਂ ਪਰਮਿਸ਼ਨਾਂ ਉਹਨਾਂ ਨੇ ਭਾਰਤ ਸਰਕਾਰ ਤੋਂ ਲਈਆਂ ਕਿਉਂ ਲਈਆਂ? ਕਿਉਂਕਿ ਤੁਹਾਡਾ ਪ੍ਰੋਟੋਕੋਲ ਇਹ ਆ ਕਿ ਜਿਹੜਾ ਵੀ ਤੋਂ ਨਗਰ ਕੀਰਤਨ ਜਾਏਗਾ ਉਹ 1974 ਦਾ ਇੱਕ ਪ੍ਰੋਟੋਕੋਲ ਸਹਿਤ ਆ, ਉਹਦੇ ਤਹਿਤ ਨਗਰ ਕੀਰਤਨ ਜਾਏਗਾ। ਇੱਕ ਦੂਜੀ ਗੱਲ, ਹੁਣ ਮੈਂ ਆਪਣੇ ਨਗਰ ਕੀਰਤਨ ਦੀ ਗੱਲ ਕਰਦਾ। ਅਸੀਂ ਜੋ ਵੀ ਕੀਤਾ ਸਾਰਾ ਕਾਨੂੰਨੀ ਕੰਮ ਕੀਤਾ, ਕਾਨੂੰਨੀ ਪਰਮਿਸ਼ਨਾਂ ਲਈਆਂ। ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਪਰਮਿਸ਼ਨ ਸ਼ੇਅਰ ਕਰ ਰਿਹਾ, ਪੇਪਰ ਤੁਹਾਡੇ ਕੋਲ ਨੇ, ਪਰਮਿਸ਼ਨ ਫੋਰ ਨਗਰ ਕੀਰਤਨ ਫਰੋਮ ਦਿੱਲੀ ਟੂ ਨਨਕਾਣਾ ਸਾਹਿਬ ਔਨ ਕੇਂਦਰ ਆਫ 550 ਬਰਥ ਯੂਨੀਵਰਸਿਟੀ ਗੁਰੂ ਨਾਨਕ ਦੇਵ ਜੀ, ਮਿਨਿਸਟਰੀ ਆਫ ਹੋਮ ਅਫੇਅਰਸ ਨੇ ਪਰਮਿਸ਼ਨ ਦਿੱਤੀ। ਦੂਜੀ, ਮਿਨਿਸਟਰੀ ਆਫ ਦਿੱਲੀ, ਦਿੱਲੀ ਦੀ ਸਰਕਾਰ ਨੂੰ ਉਹਨਾਂ ਨੇ ਸਾਡੇ ਪਾਸਪੋਰਟ ਜਮ੍ਹਾਂ ਕਰਾਉਣ ਨੂੰ ਕਿਹਾ, ਜੁਆਇੰਟ ਨਗਰ ਕੀਰਤਨ ਸੋ ਐਸ ਓ ਯੂ ਆਰ ਰਿਕੁਐਸਟਿਡ ਟੂ ਫਰਨਿਸ਼ ਲਿਸਟ ਆਫ ਐਲੀਜੀਬਲ ਪਿਲਗ੍ਰਿਮਸ ਐਸ ਪਰ ਦੀ ਇੰਸਟਰਕਸ਼ਨ ਕੰਟੇਨਡ ਇਨ ਲੈਟਰ ਨੰਬਰ ਸੋ ਐਸ ਓ। ਦਿੱਲੀ ਸਰਕਾਰ ਤੋਂ ਅਸੀਂ ਸਾਰੇ ਵੀਜ਼ੇ ਦੇ ਜਮ੍ਹਾਂ ਕਰਾਤੇ ਪਾਸਪੋਰਟ ਔਰ ਉਹਨਾਂ ਦੀ ਸਾਰਿਆਂ ਦੀ ਕੰਪਨੀਜ਼ ਰਜਿਸਟ੍ਰੇਸ਼ਨ ਕਰ ਦਿੱਤੀ। ਉਸ ਤੋਂ ਬਾਅਦ ਦਿੱਲੀ ਦੇ ਚੀਫ ਸੈਕਟਰੀ ਨੂੰ ਦੱਸਦਾ ਕਿ ਆ ਸਾਡੇ ਜਿਹੜੇ ਚੀਫ ਵੀਜ਼ੇ ਨੇ, ਆ ਬੰਦੇ ਸਾਡੇ ਜਾ ਰਹੇ ਨੇ, ਇਹਦੀ ਲਿਸਟ ਵੈਰੀਫਾਈ ਕਰਕੇ ਦੇ ਦਿਓ। ਇਹਦੇ ਨਾਲ ਹੀ ਅਸੀਂ ਜੋ ਉਹਨਾਂ ਦੇ ਹੋਮ ਮਿਨਿਸਟਰੀ ਦੇ ਡਿਪਾਰਟਮੈਂਟ ਦੋਵੇਂ ਐਮਈਏ ਵੀ ਔਰ ਹੋਮ ਮਿਨਿਸਟਰੀ ਨੇ ਔਰ ਐਮਈਏ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਨੋਟ ਪ੍ਰਵਾਹ ਸ਼ੇਅਰ ਕੀਤਾ। ਮੈਂ ਉਹ ਨੋਟ ਪ੍ਰਵਾਹ ਦੀ ਕਾਪੀ ਕਾਪੀ ਭੇਜ ਦਿਓ, ਪ੍ਰਿੰਟ ਆਊਟ ਦੇ ਦਿਓ। ਸਾਡੀ ਗਵਰਨਮੈਂਟ ਨੇ ਉਹਨਾਂ ਨਾਲ ਨੋਟ ਪ੍ਰਵਾਹ ਸ਼ੇਅਰ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਇਹ ਜਿਹੜੇ ਨਗਰ ਕੀਰਤਨ ਆ ਰਿਹਾ ਇਹਨਾਂ ਨੂੰ ਸਾਡਾ ਕੰਮ ਗਵਰਨਮੈਂਟ ਨਾਲ ਡੀਲ ਕਰਨਾ ਹੈ ਤੇ ਗਵਰਨਮੈਂਟ ਤੋਂ ਅਸੀਂ ਪਰਮਿਸ਼ਨ ਲੈ ਰਹੇ ਹਾਂ ਤੇ ਗਵਰਨਮੈਂਟ ਨੇ ਹੀ ਸਾਨੂੰ ਪਰਮਿਸ਼ਨ ਨਗਰ ਕੀਰਤਨ ਕਰਨ ਦੀ ਦਿੱਤੀ ਆ। ਲਾਸਟਲੀ ਬੜੀ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਸਰਦਾਰ ਪਰਮਜੀਤ ਸਿੰਘ ਸਰਮਾ ਦਾ ਕੋਈ ਨਗਰ ਕੀਰਤਨ ਨਹੀਂ ਜਾ ਰਿਹਾ, ਇਸ ਕਰਕੇ ਕਿ ਜਦੋਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਮੀਟਿੰਗ ਹੋਈ ਕਰਤਾਰਪੁਰ ਲਾਂਘੇ ਤੇ, ਸਭ ਤੋਂ ਪਹਿਲਾਂ ਦੋ ਜਿਹੜੇ ਪੁਆਇੰਟ ਡਿਸਕਸ ਹੋਏ,
been separately conveyed to the Pakistan side and owed their cooperation for proposal of Delhi Sikh Gurdwara Management Committee, Shromi Gurdwara Prabandhak Committee, and Delhi Sikh Gurdwara Management Committee to take out Nagar Kirtan from Delhi to Nankana Sahib and vice versa. We have also requested Pakistan to allow 510,000 Indian pilgrims to visit Pakistan. And you, under the 1974 protocol on the occasion of 550th birthday anniversary of Guru Nanak Dev Ji. ਅਸੀਂ ਗਵਰਨਮੈਂਟ ਆਫ ਇੰਡੀਆ ਨੇ ਸਾਡਾ ਕੇਵਲ ਦੋ ਹੀ ਨਗਰ ਕੀਰਤਨ ਡਿਸਕਸ ਹੋਏ, ਇੱਕ ਜਿਹੜਾ ਹੁਣ ਆ ਚੁੱਕਿਆ ਔਰ ਪੂਰੇ ਦੇਸ਼ ਅੰਦਰ ਚੱਲਦਾ ਪਿਆ, ਉਸ ਨਗਰ ਕੀਰਤਨ ਦੇ ਵੀ ਅਸੀਂ ਕੇਵਲ ਔਰ ਕੇਵਲ ਭਾਰਤੀ ਸਰਕਾਰ ਤੋਂ, ਇੰਡੀਅਨ ਗਵਰਨਮੈਂਟ ਤੋਂ, ਬੜਾ ਇੰਪੋਰਟੈਂਟ ਆ, ਇਟ ਸ਼ੁੱਡ ਬੀ ਨੋਟਡ, ਕੋਈ ਪਰਮਿਸ਼ਨ ਅਸੀਂ ਜਿਹੜੀ ਨਹੀਂ ਇੰਡੀਅਨ ਗਵਰਨਮੈਂਟ ਤੋਂ ਲਈ, ਇੰਡੀਅਨ ਗਵਰਨਮੈਂਟ ਨੇ ਹੀ ਸਾਨੂੰ ਨਗਰ ਕੀਰਤਨ ਉੱਥੋਂ ਕਢਵਾ ਕੇ ਦਿੱਤਾ, ਸਾਡਾ ਨਗਰ ਕੀਰਤਨ ਸਰਕਾਰ ਦੀ ਜ਼ਿੰਮੇਵਾਰੀ ਸੀਗੀ, ਹੁਣ ਵੀ ਸਾਰੀ ਸਰਕਾਰ ਦੀ ਜ਼ਿੰਮੇਵਾਰੀ ਆ। ਇਹ ਦੋ ਮੁਲਕਾਂ ਦੀ ਆਪਸੀ ਨਗਰ ਕੀਰਤਨ ਜਾਣੇ ਆ, ਦੋ ਗੁਰਦੁਆਰੇ ਵੀ ਜਾਣੇ, ਜਦੋਂ ਦੋ ਆਪਸੀ ਨਗਰ ਕੀਰਤਨ ਜਾਣੇ ਆ, ਉਹਦੇ ਅੰਦਰ ਦੋ ਸਰਕਾਰਾਂ ਨੇ ਗੱਲਬਾਤ ਕਰਨੀ ਆ, ਲੋਕੀ ਇੰਡੀਵਿਜੁਅਲ ਲੋਕਾਂ ਨੇ। ਐਂਡ ਲਾਸਟਲੀ, ਜਿਹੜੀ ਉਹ ਵਾਰ ਵਾਰ ਵੀਡੀਓ ਦਾ ਚਰਚਾ ਕਰਦੇ ਨੇ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਕਿ ਕਿਸੇ ਸ਼ਰਧਾਲੂ ਨੂੰ ਮੱਥਾ ਟੇਕਣ ਤੋਂ ਰੋਕੇ। ਗੁਰਦੁਆਰਾ ਕਮੇਟੀਆਂ ਇਹਨਾਂ ਕੰਮਾਂ ਵਾਸਤੇ ਨਹੀਂ ਬਣਾਈਆਂ ਜਾਂਦੀਆਂ। ਅਗਰ ਪਾਕਿਸਤਾਨ ਗੁਰਦੁਆਰਾ ਕਮੇਟੀ ਨੂੰ ਵਰਤਦਾ ਪਿਆ ਤਾਂ ਇਹ ਸਾਡਾ ਕਸੂਰ ਨਹੀਂ ਗਾ। ਇੱਥੋਂ ਅਗਰ ਪਾਕਿਸਤਾਨ ਇੰਡੀਆ ਤੋਂ ਲੈ ਕੇ ਜਾ ਰਹੇ ਪਰਮਜੀਤ ਸਿੰਘ ਸਾਹਿਬ ਨਾਲ ਨਗਰ ਕੀਰਤਨ, ਉਹਨਾਂ ਕਿਸੇ ਗੁਰਦੁਆਰਾ ਕਮੇਟੀ ਦੀ ਪਰਮਿਸ਼ਨ ਨਹੀਂ ਲਈ, ਉਹ ਵੀ ਆਪਣੀ ਮਰਜ਼ੀ ਨਾਲ ਲੈ ਕੇ ਜਾ ਰਹੇ ਆ। ਇਸ ਤਰ੍ਹਾਂ ਅਗਰ ਮੈਂ ਵੀ ਪਾਕਿਸਤਾਨ ਲੈ ਕੇ ਜਾਊਂਗਾ ਤਾਂ ਮੈਨੂੰ ਕਿਸੇ ਗੁਰਦੁਆਰਾ ਕਮੇਟੀ ਦੀ ਪਰਮਿਸ਼ਨ ਦੀ ਲੋੜ ਨਹੀਂ ਗੁਰਦੁਆਰੇ ਮੱਥਾ ਟੇਕਣ ਵਾਸਤੇ, ਮੈਨੂੰ ਪਰਮਿਸ਼ਨ ਦੀ ਲੋੜ ਆ ਦੋਵਾਂ ਸਰਕਾਰਾਂ ਦੀ, ਔਰ ਸਰਕਾਰਾਂ ਦੀ ਪਰਮਿਸ਼ਨ ਪਾਕਿਸਤਾਨ ਦੀ ਸਰਕਾਰ ਦੀ ਪਰਮਿਸ਼ਨ ਹਿੰਦੁਸਤਾਨ ਦੀ ਸਰਕਾਰ ਲਊਗੀ, ਔਰ ਜੇ ਲੋਕ ਉਹ ਆਏ ਹੋਣਗੇ ਤੇ ਪਾਕਿਸਤਾਨ ਦੀ ਸਰਕਾਰ ਹਿੰਦੁਸਤਾਨ ਸਰਕਾਰ ਤੋਂ ਉਹਨਾਂ ਵਾਸਤੇ ਪਰਮਿਸ਼ਨ ਲਊਗੀ। ਇਸ ਕਰਕੇ ਇਹ ਮਿਸਲੀਡ ਕਰਦੇ ਪਏ ਨੇ, ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ ਵੀ ਝੂਠ ਬੋਲਦੇ ਪਏ ਨੇ। ਮੈਂ ਅੱਜ ਤੱਕ ਕਿਸੇ ਇਨਸਾਨ ਨੂੰ ਇਸ ਤਰ੍ਹਾਂ ਝੂਠ ਬੋਲਦਿਆਂ, ਦੂਜਿਆਂ ਦੀ ਪ੍ਰੋਬਲਮ ਕੀ ਆ, ਸਰ ਪਰਮਜੀਤ ਸਿੰਘ ਸਾਹਿਬ ਨਾਲ ਵੀ ਪ੍ਰੋਬਲਮ ਆ ਕਿ ਉਹਨਾਂ ਦੇ ਦੋਵਾਂ ਦੇ ਦੋਵਾਂ ਕੰਨਾਂ 'ਚ ਉਹਨਾਂ ਦੀ ਹੀਰਿੰਗ ਏਡ ਰੱਖੀਆਂ ਨੇ, ਉਹਨਾਂ ਨੂੰ ਖੁਦ ਨੂੰ ਸੁਣਦਾ ਨਹੀਂ, ਤੇ ਉਹਨਾਂ ਨੂੰ ਲੱਗਦਾ ਸਾਹਮਣੇ ਵਾਲੇ ਸਾਰੇ ਬੋਲੇ ਆ, ਸਾਹਮਣੇ ਵਾਲਾ ਕੋਈ ਬੋਲਾ ਨਹੀਂ ਹੈਗਾ, ਤੁਸੀਂ ਉੱਚੀ ਉੱਚੀ ਨਾ ਵੀ ਰੌਲਾ ਪਾਓ, ਸਾਹਮਣੇ ਵਾਲੇ ਸੁਣਦਾ। ਤੁਹਾਡੀ ਉਮਰ ਦਾ ਤਕਾਜ਼ਾ ਹੈ, ਵੈਸੇ ਤਾਂ ਤੁਹਾਡੀ ਬੱਚੇ ਕਢਵਾਉਣ ਦੀ, ਪੋਤਰੇ ਪੋਤਰੇ ਕਢਵਾਉਣ ਦੀ ਉਮਰ ਆ, ਬੱਚੇ ਤੁਹਾਡੇ ਪੋਤਰੇ ਬਹੁਤ ਵੱਡੇ ਚੁੱਕੇ ਨੇ, ਉਹਨਾਂ ਦੇ ਬੱਚੇ ਕਢਵਾਉਣ ਦੀ ਉਮਰ ਆ, ਲੇਕਿਨ ਤੁਸੀਂ ਇਹ ਜਿਹੜੀ ਗੰਭੀਰ ਕਿਸਮ ਦੀ ਰਾਜਨੀਤੀ ਨਾ ਕਰੋ। ਗੁਰੂ ਘਰਾਂ ਦੀ ਬਹੁਤ ਉੱਚੀ ਸ਼ਰਧਾ ਸਤਿਕਾਰ ਹੁੰਦਾ ਹੈ, ਤੁਹਾਡੇ ਮਾਲਕ ਦੀ ਬਖਸ਼ਿਸ਼ ਕੀਤੀ, ਤੁਸੀਂ ਇਹਨੇ ਸਭ ਪਤਾ ਰਹੇ ਜੀ। ਇਹ ਜਿਹੜਾ ਹੈ ਗੁਰਦੁਆਰੇ ਦੀਆਂ ਸਿਆਸਤ ਕਰਨਾ, ਕੁਰਸੀਆਂ ਖੋਣ ਪਿੱਛੇ, ਜੇ ਤੁਹਾਨੂੰ ਕੁਰਸੀ ਚਾਹੀਦੀ ਅਸੀਂ ਅੱਜ ਛੱਡ ਕੇ ਚਲੇ ਜਾਂਦੇ ਹਾਂ, ਸਾਡਾ ਗੁਰੂ ਘਰ ਦੀ ਸੇਵਾ ਵਾਸਤੇ ਅਸੀਂ ਆਏ ਹਾਂ, ਸਾਨੂੰ ਕੋਈ ਕੁਰਸੀਆਂ ਨਹੀਂ ਚਾਹੀਦੀਆਂ। ਇਹ ਕੁਰਸੀਆਂ ਤੁਹਾਨੂੰ ਮੁਬਾਰਕ ਸੀ, ਜਿਹਦੇ ਨਾਲ ਤੁਸੀਂ ਆਪਣੇ ਵਪਾਰ ਖੜੇ ਕੀਤੇ, ਕਾਰੋਬਾਰ ਖੜੇ ਕੀਤੇ, ਭਾਂਡੇ ਕਰੀ ਕਰਨ ਵਾਲੇ ਲੋਕਾਂ ਦੀਆਂ ਭਾਂਡਿਆਂ ਦੀ ਫੈਕਟਰੀਆਂ ਲੱਗੀਆਂ। ਮੈਂ ਫਿਰ ਕਹਾਂ, ਮੈਂ ਕਦੀ ਕਿਸੇ ਦੇ ਖਿਲਾਫ਼ ਬੋਲਣ 'ਚ ਵਿਸ਼ਵਾਸ ਨਹੀਂ ਕਰਦਾ, ਪਰ ਜਿਸ ਤਰ੍ਹਾਂ ਦੀ ਪਤੀ ਭਾਸ਼ਾ ਬੋਲਦੇ ਨੇ, ਗੱਲ ਬੋਲਦੇ ਨੇ, ਮੇਰੇ ਨਿੱਜੀ ਤੌਰ ਤੇ ਮੇਰੇ ਪਰਿਵਾਰ ਦੇ ਖਿਲਾਫ਼ ਜੋ ਮੈਂ ਗੱਲ ਬੋਲਿਆ, ਮੈਂ ਉਹਨੂੰ ਮੈਂਡ ਨਹੀਂ ਕੀਤਾ। ਮੇਰੇ ਬੇਟੇ ਦੇ ਖਿਲਾਫ਼ ਜੋ ਕੁਛ ਬੋਲਿਆ, ਮੈਂ ਉਹ ਵੀ ਮੈਂਡ ਨਹੀਂ ਕੀਤਾ। ਪਰ ਮੈਨੂੰ ਸਭ ਤੋਂ ਜ਼ਿਆਦਾ ਗੁੱਸਾ ਇਸ ਗੱਲ 'ਤੇ ਆਉਂਦਾ ਹੈ ਜਦੋਂ ਬੰਦਾ ਇਹ ਕਹੇ ਕਿ ਗੁਰਦੁਆਰੇ ਕੰਗਾਲ ਹੋ ਗਏ, ਗੁਰਦੁਆਰਾ ਕਮੇਟੀ ਕੰਗਾਲ ਹੋ ਗਈ। ਕੰਗਾਲ ਉਹਨਾਂ ਦੀ ਮਾਨਸਿਕਤਾ ਹੋ ਸਕਦੀ ਆ, ਕੰਗਾਲ ਉਹਨਾਂ ਦੀ ਸੋਚ ਹੋ ਸਕਦੀ ਆ, ਕੰਗਾਲ ਉਹਨਾਂ ਦਾ ਸਿਸਟਮ ਹੋ ਸਕਦਾ, ਮੈਂ ਮਾੜਾ ਨਹੀਂ ਸੋਚਦਾ, ਪਰਮਾਤਮਾ ਨਾ ਕਿਸੇ ਨੂੰ ਕਰੇ, ਪਰ ਗੁਰਦੁਆਰੇ ਜਿਹਨਾਂ ਤੋਂ ਅਸੀਂ ਮੰਗ ਮੰਗ ਕੇ ਮੰਗਦੇ ਬਣ ਕੇ ਝੋਲੀਆਂ ਆ ਕੇ ਉਸ ਗੁਰੂ ਤੋਂ ਦਾਤਾ ਰਹੀਆਂ ਨੇ, ਉਸ ਗੁਰਦੁਆਰੇ ਨੂੰ ਆਪਾਂ ਕੰਗਾਲ ਕਹੀਏ, ਇਹਦਾ ਮਤਲਬ ਆਪਾਂ ਸੱਚੇ ਸਿੱਖ ਨਹੀਂ, ਆਪਾਂ ਕੇਵਲ ਰਾਜਨੀਤੀ ਕਰ ਰਹੇ ਹਾਂ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਨਗਰ ਕੀਰਤਨ 13 ਅਕਤੂਬਰ ਇੱਥੋਂ ਜਾਊਗਾ, ਸਾਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਸੇ ਪਰਮਿਸ਼ਨ ਦੀ ਲੋੜ ਨਹੀਂ, ਅਸੀਂ ਆਪਣੇ ਗੁਰਦੁਆਰਾ ਸਾਹਿਬ ਜਾਣਾ ਹੈ, ਸਾਨੂੰ ਕੋਈ ਗੁਰਦੁਆਰਾ ਜਾਣ ਤੋਂ ਰੋਕ ਨਹੀਂ ਸਕਦਾ। ਅਸੀਂ ਹੁਣ ਵੀ ਨਗਰ ਕੀਰਤਨ ਲੈ ਕੇ ਆਏ ਸੀ, ਤਾਂ ਵੀ ਸਾਨੂੰ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਰਮਿਸ਼ਨ ਦੀ ਲੋੜ ਨਹੀਂ। ਕਿਸੇ ਵੀ ਸਿੱਖ ਨੂੰ ਅਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਰੇਖਾ ਹੈ, ਤੇ ਉਹ ਭਰੇਖਾ ਕੱਢਦੇ ਹਨ, ਪ੍ਰਧਾਨ ਸਾਹਿਬ ਤੁਸੀਂ ਆਪਣਾ ਭਰੇਖਾ ਕੱਢ ਰਹੇ ਹੋ ਕਿ ਸਾਨੂੰ ਉੱਥੇ ਮੱਥਾ ਟੇਕਣ ਵਾਸਤੇ ਤੁਹਾਡੀ ਪਰਮਿਸ਼ਨ ਲੈਣੀ ਪਊਗੀ। ਅਸੀਂ ਸਿੱਖ ਨੂੰ ਗੁਰਦੁਆਰੇ ਤੇ ਜਾਣ ਦਾ ਹੱਕ ਆ, ਹਕੂਕ ਆ। ਔਰ ਦੂਜੀ ਗੱਲ ਮੈਨੂੰ ਬੜੀ ਹੈਰਾਨੀ ਹੋਈ, ਕੀ ਕਹਿ ਰਹੇ ਨੇ ਕਿ ਸਾਡੇ ਕੋਲ ਜੀ
ਸਿਸਟਮ ਨਹੀਂ ਹੈਗਾ ਇੰਨਾ। ਅਸੀਂ ਇੱਕ ਨਗਰ ਕੀਰਤਨ ਤੋਂ ਇਲਾਵਾ ਦੂਜਾ ਨਗਰ ਕੀਰਤਨ ਸੰਭਾਲ ਨਹੀਂ ਸਕਦੇ, ਸਾਨੂੰ ਤੁਹਾਡਾ ਨਗਰ ਕੀਰਤਨ ਸੰਭਾਲਣ ਵਾਸਤੇ ਚਾਹੀਦਾ ਵੀ। ਅੱਗੇ ਵੀ ਤੁਸੀਂ ਨਗਰ ਕੀਰਤਨ ਲੈ ਕੇ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ, ਅਸੀਂ ਆਪਣੀ ਗੱਡੀਆਂ ਦੀ ਆਪ ਪੇਮੈਂਟ ਕੀਤੀ ਆ, ਜਿਹੜੀਆਂ ਬੱਸਾਂ ਲੈ ਕੇ ਆਏ ਅਸੀਂ ਆਪਣੀ ਆਪ ਲੈ ਕੇ ਆਏ ਹਾਂ, ਆਪ ਹਾਇਰ ਕਰਕੇ ਬੱਸਾਂ ਲੈ ਕੇ ਗਏ ਸੀ, ਆਪ ਹਾਇਰ ਕਰਕੇ ਬੱਸਾਂ ਲੈ ਕੇ ਆਏ ਹਾਂ। ਸਾਨੂੰ ਉੱਥੋਂ ਦੀ ਸੰਗਤ ਨੇ ਬੜਾ ਪਿਆਰ ਔਰ ਸਤਿਕਾਰ ਔਰ ਪਿਆਰ ਦਿੱਤਾ, ਉੱਥੋਂ ਦੀ ਸਰਕਾਰ ਨੇ ਸਾਡਾ ਸਾਥ ਦਿੱਤਾ, ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸੀਗੀ, ਮੈਂ ਉਹਨਾਂ ਦੇ ਬਾਰੇ 'ਚ ਕੋਈ ਮਾੜੇ ਅਲਫਾਜ਼ ਨਹੀਂ ਪਾਉਣਾ ਚਾਹੁੰਦਾ, ਪਰ ਮੈਂ ਉਹਨੂੰ ਬੇਨਤੀ ਕਰਨਾ ਚਾਹੁੰਦਾ ਹੈ, ਤੁਸੀਂ ਆਪਣੇ ਸਵਾਭਿਮਾਨ ਨੂੰ ਕਾਇਮ ਰੱਖੋ, ਤੁਸੀਂ ਗੁਰਦੁਆਰਾ ਪਾਕਿਸਤਾਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ, ਤੁਹਾਡਾ ਅਹੁਦਾ ਹੋ ਕੇ ਹੋਣਾ ਚਾਹੀਦਾ ਹੈ, ਨਾ ਕਿ ਤੁਸੀਂ ਆਪਣੀ ਛੋਟੀ ਰਾਜਨੀਤੀ ਪਿੱਛੇ ਵੀਡੀਓ ਪਾ ਪਾ ਕੇ ਤੇ ਲੋਕਾਂ ਨੂੰ ਗੁਲਾਹ ਕਰੋ, ਇਹ ਤੁਹਾਡਾ ਕੰਮ ਨਹੀਂ ਹੋਣਾ ਚਾਹੀਦਾ। ਮੈਂ ਵਿਸ਼ੇਸ਼ ਤੌਰ ਤੇ ਆਪਣੀ ਭਾਰਤ ਦੀ ਸਰਕਾਰ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਪਹਿਲਾਂ ਵੀ ਸਾਡਾ ਐਸਜੀਪੀਸੀ ਦਾ ਨਗਰ ਕੀਰਤਨ ਕਰਾਇਆ ਔਰ ਹੁਣ ਵੀ ਉਹਨਾਂ ਲੈ ਕੇ ਜਾਣਾ ਹੈ। ਅਸੀਂ ਪੂਰੀਆਂ ਪਰਮਿਸ਼ਨਾਂ ਦੇ ਨਾਲ ਦੋਵੇਂ ਗੱਡੀ ਦੀ ਪਰਮਿਸ਼ਨ ਅਪਲਾਈ ਕੀਤੀਆਂ ਨੇ, ਮਿਨਿਸਟਰ ਆਫ ਹੋਮ ਅਫੇਅਰਸ ਤੋਂ ਪਰਮਿਸ਼ਨ ਲਈ ਆ, ਮਿਨਿਸਟਰ ਆਫ ਐਕਸਟਰਨਲ ਅਫੇਅਰ ਤੋਂ ਪਰਮਿਸ਼ਨ ਲਈ ਆ, ਸਟੇਟ ਗਵਰਨਮੈਂਟ ਦਿੱਲੀ ਤੋਂ ਪਰਮਿਸ਼ਨ ਲਈ ਆ, ਸਟੇਟ ਗਵਰਨਮੈਂਟ ਹਰਿਆਣਾ ਤੋਂ ਪਰਮਿਸ਼ਨ ਲਈ ਆ, ਸਟੇਟ ਗਵਰਨਮੈਂਟ ਪੰਜਾਬ ਤੋਂ ਪਰਮਿਸ਼ਨ ਲਈ ਆ। ਵਿਦ ਆਲ ਯੂ ਪਰਮਿਸ਼ਨ ਅਸੀਂ ਆਪਣਾ ਨਗਰ ਕੀਰਤਨ ਲੈ ਕੇ ਜਾਣਾ ਹੈ। ਅਸੀਂ ਕੋਈ ਧੱਕੇਸ਼ਾਹੀ, ਕੋਈ ਨੋਟੰਕੀਬਾਜ਼ੀ, ਕੋਈ ਪ੍ਰੇਮ ਦੇਸ਼ ਨਹੀਂ ਪੈਣਾ। ਸਾਨੂੰ ਕੌਣ ਨਗਰ ਕੀਰਤਨ ਖੜਦਾ ਪਿਆ ਹੈ, ਸਾਨੂੰ ਇਹਦਾ ਕੋਈ ਮਕਸਦ ਨਹੀਂ, ਜਿਹਦਾ ਜੀ ਕਰਦਾ ਖੜੇ ਗੁਰੂ ਘਰ ਸਾਰੇ ਜਾਣ, ਪਰ ਨਾ ਅਸੀਂ ਕਿਸੇ ਨਗਰ, ਲੇਕਿਨ ਸਰਨਾ ਸਾਹਿਬ ਬਾਜ ਆਉਣ ਬਾਰ ਬਾਰ ਸਾਡੇ ਨਗਰ ਕੀਰਤਨ ਦੇ। ਇਹ ਨਗਰ ਕੀਰਤਨ ਮਨਜਿੰਦਰ ਸਿੰਘ ਸਿਰਸੇ ਦਾ, ਹਰਮੀਤ ਸਿੰਘ ਕਾਲਕਾ ਦਾ, ਪਰਮਜੀਤ ਸਿੰਘ ਚੰਡੋਲ ਦਾ ਨਹੀਂ ਗਾ, ਪਰਮਜੀਤ ਸਿੰਘ ਸਰਨਾ ਸਾਹਿਬ ਦਾ ਨਗਰ ਕੀਰਤਨ ਉਹਨਾਂ ਆਪਣਾ ਹੈ, ਲੇਕਿਨ ਇਹ ਸੰਗਤ ਦਾ, ਇਹ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦਾ, ਸੀਸਾ ਗੁਰਦੁਆਰਾ ਸਾਹਿਬ ਦਾ, ਨਾਨਕ ਗੁਰਦੁਆਰਾ ਸਾਹਿਬ ਦਾ ਇਹ ਨਗਰ ਕੀਰਤਨ ਆ, ਇਹ ਦਿੱਲੀ ਦੀਆਂ ਸੰਗਤਾਂ ਦਾ ਨਗਰ ਕੀਰਤਨ ਆ। ਤੁਸੀਂ ਨਗਰ ਕੀਰਤਨ ਰੋਕਣ ਵਾਸਤੇ ਜਦੋਂ ਕੋਈ ਪਾਕਿਸਤਾਨ ਜਾਂਦਾ ਹੈ ਵਾਪਸ ਖੁਸ਼ੀਆਂ ਨਾਲ ਚਾਵਾਂ ਚੀਜ਼ਾਂ ਲੈ ਕੇ ਆਉਂਦਾ ਹੈ ਕਿ ਮੈਂ ਸੰਗਤ ਵਾਸਤੇ ਆ ਲਿਆ, ਮੈਂ ਸੰਗਤ ਵਿਆਹ ਤੋਹਫਾ ਲੈਣਾ, ਤੇ ਸਰਨਾ ਸਾਹਿਬ ਬਾਰਡਰ ਪਾਰ ਕਰਦੇ ਆ, ਅੰਮ੍ਰਿਤਸਰ ਪਹੁੰਚਦੇ ਆ, ਅਸੀਂ ਸਰਸਾ ਦੀ ਪਰਮਿਸ਼ਨ ਕੈਂਸਲ ਕਰਾਤੀ, ਸਰਸਾ ਨਗਰ ਕੀਰਤਨ ਨਹੀਂ ਕਰ ਸਕੂਗਾ, ਦਿੱਲੀ ਕਮੇਟੀ ਨਗਰ ਕੀਰਤਨ ਕਰ ਵੀ ਨਹੀਂ ਸਕਦੀ। ਇਹ ਸਿਰਫ ਨੈਗੇਟਿਵਿਟੀ ਉੱਪਰ ਲੈ ਕੇ ਆਉਂਦੇ, ਲੋਕ ਪੋਜ਼ਿਟਿਵਿਟੀ ਲੈ ਕੇ ਆਉਂਦੇ ਆ, ਇਹ ਪਾਕਿਸਤਾਨ ਤੋਂ ਨੈਗੇਟਿਵਿਟੀ ਲੈ ਕੇ ਆਉਂਦੇ ਆ। ਸੋ ਮੈਂ ਸਰਨਾ ਸਾਹਿਬ ਤੁਹਾਨੂੰ ਵਧਾਈ ਦਿੰਦਾ ਹੈ, ਇਸ ਨੈਗੇਟਿਵਿਟੀ ਦੇ ਕਾਰਨ ਤੁਸੀਂ ਜਿੱਥੇ ਬੈਠੇ ਜੇ, ਇਹ ਨੈਗੇਟਿਵਿਟੀ ਦੇ ਕਾਰਨ ਆ, ਪਰਮਾਤਮਾ ਤੁਹਾਡੀ ਨੈਗੇਟਿਵਿਟੀ ਇਸੇ ਤਰ੍ਹਾਂ ਬਣਾਈ ਰੱਖੇ, ਤੁਹਾਡੇ ਬੋਲ ਬਾਲ ਜੋ ਨੇ ਤੁਹਾਨੂੰ ਮੁਬਾਰਕ ਨੇ, ਤੁਹਾਨੂੰ ਜ਼ਿੰਦਗੀ ਭਰ ਵਾਸਤੇ ਬੋਲ ਬਾਲ ਤੁਹਾਡੇ ਕੋਲ ਰਹਿਣੇ ਚਾਹੀਦੇ ਨੇ, ਔਰ ਇਸੇ ਕਾਰਨ ਆ ਕਿ ਇੱਕ ਕਮੇਟੀ ਦੀ ਜਿਹਨੇ ਪ੍ਰਧਾਨਗੀ ਕੀਤੀ ਹੋਵੇ ਉਹ ਆਪਣੀ ਮੈਂਬਰਸ਼ਿਪ ਵੀ ਨਾ ਬਚਾ ਸਕੇ, ਕਮੇਟੀ ਚੋਣਾਂ ਦੁਆਰਾ ਦੂਰ ਦੀ ਗੱਲ ਆ, ਮੈਂਬਰਸ਼ਿਪ ਨਾ ਬਚਾ ਸਕੇ, ਇਹ ਕਾਰਨ ਕਿਉਂ ਆ, ਕਿਉਂਕਿ ਤੁਹਾਡੀ ਨੈਗੇਟਿਵਿਟੀ ਗੁਰਦੁਆਰਾ ਦਾ ਇਸਤੇਮਾਲ ਕਰਨਾ, ਆਪਣੇ ਪਰਿਵਾਰ ਦੇ ਕਾਰੋਬਾਰ ਵਾਸਤੇ ਇਸਤੇਮਾਲ ਕਰਨਾ, ਮੈਂ ਉਸ ਚੱਕਰ ਪਾ ਕੇ ਤੇ ਗੰਦਗੀ ਦੇ ਚੱਕਰ ਪਾਉਣਾ ਨਹੀਂ ਚਾਹੁੰਦਾ। ਮੈਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਿਹਾ, ਮੈਂ ਚਾਹੁੰਦਾ ਸਾਰੀਆਂ ਸੰਗਤਾਂ ਨੂੰ ਮਿਲ ਕੇ ਬਣਾਉਣ, ਔਰ ਸਰਨਾ ਸਾਹਿਬ ਦੇ ਸਰਨਾ ਚਰਨਾ ਚ ਬੇਨਤੀ, ਚਰਨਾ ਚ ਸਰਨਾ ਸਾਹਿਬ ਦੇ ਚਰਨਾ ਚ ਬੇਨਤੀ ਆ, ਆਪਣੀ ਨੈਗੇਟਿਵਿਟੀ ਨੂੰ ਆਪਣੇ ਘਰ ਰੱਖੋ, ਜੋ ਤੁਸੀਂ ਕਰ ਰਹੇ ਜੀ ਮੁਬਾਰਕ ਆ, ਔਰ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਦਿੱਲੀ ਦੇ ਸਿੱਖਾਂ ਦੀ ਇੱਕ ਜਮਾਤ ਆ, ਦਿੱਲੀ ਦੇ ਸਿੱਖਾਂ ਦੀ ਇੱਕ ਕਮੇਟੀ ਆ, ਦਿੱਲੀ ਦੇ ਸਿੱਖਾਂ ਦੇ ਕੰਮਾਂ 'ਚ ਰੋੜੇ ਨਾ ਪਾਓ, ਤੁਹਾਨੂੰ ਫਰਜ਼ ਬਣਦਾ ਸੀਗਾ ਉਸ ਪ੍ਰੋਗਰਾਮ 'ਚ ਆਉਂਦੇ, ਮੁਬਾਰਕਬਾਦ ਵੀ ਦਿੰਦੇ, ਲੇਕਿਨ ਸਵਾਏ ਨੈਗੇਟਿਵਿਟੀ ਦੇ ਤੁਸੀਂ ਹੋਰ ਕੋਈ ਕੰਮ ਨਹੀਂ ਕਰ ਰਹੇ, ਤੁਹਾਨੂੰ ਤੁਹਾਡੀ ਨੈਗੇਟਿਵਿਟੀ ਮੁਬਾਰਕ, ਸੰਗਤਾਂ ਨੂੰ ਜ਼ਰੂਰ ਜਵਾਬ ਦਿਓ ਜੇ। ਦੂਜੀ ਗੱਲ, ਪੰਜ ਹਜ਼ਾਰ ਰੁਪਇਆ ਮੈਂ ਸੰਗਤ ਨੂੰ ਜਾਣਕਾਰੀ ਦੇਣਾ ਚਾਹੁੰਦਾ, ਤੁਹਾਡੇ ਦੀ ਮਾਧਿਅਮ ਤੋਂ 200 ਰੁਪਇਆ ਵੀਜ਼ਾ ਫੀਸ ਆ, 200 ਰੁਪਇਆ ਦਿੱਲੀ ਕਮੇਟੀ 200 ਰੁਪਇਆ ਲੈ ਰਹੀ ਹੈ, ਜੋ ਦਿੱਲੀ ਕਮੇਟੀ ਜੋ 200 ਰੁਪਇਆ ਨਿਕਲ, ਸਰਨਾ ਸਾਹਿਬ 1500 ਬੰਦਾ ਕਹਿ ਰਹੇ ਲੈ ਕੇ ਜਾ ਰਹੇ ਆ, ਔਰ 5000 ਰੁਪਇਆ ਲੈ ਰਹੇ ਨੇ, ਮਤਲਬ 75 ਲੱਖ ਰੁਪਇਆ ਦੇ ਪਹਿਲੇ ਦਿਨ ਹੀ ਪ੍ਰੋਫਿਟ ਜੇਬ ਪਾ ਰਹੇ ਨੇ 75 ਲੱਖ ਰੁਪਇਆ, ਔਰ ਉਸ ਤੋਂ ਬਾਅਦ ਜੋ ਕਰਦੇ ਪਏ ਨੇ ਉਹ ਰੱਬ ਜਾਣੇ। ਅੱਜ ਤੱਕ ਤੋਂ ਮੈਂ ਵੀ ਸੰਗਤ ਨੂੰ ਦੱਸਿਆ ਕਿ ਜਿਹੜੀ ਗੋਲਕ ਆ ਉਹ ਗੋਲਕ ਕਿੱਥੇ ਜਾਊਗੀ, ਉਹਨੇ ਇਹ ਵੀ ਦੱਸਿਆ ਕਿ ਪਿਛਲੀ ਗੋਲਕ ਕਿੱਥੇ ਗਈ। ਮੈਂ ਸਰਨਾ ਸਾਹਿਬ ਨੂੰ ਤੁਹਾਡੇ ਮੀਡੀਆ ਦੇ ਮਾਧਿਅਮ ਤੋਂ ਦੋਸ਼ਵਾਰ ਕਰਨਾ ਚਾਹੁੰਦਾ, ਪਹਿਲੀ ਗੱਲ
ਸੰਗਤ ਮੇਰੇ ਸੱਚ ਦੱਸੋ ਕਿ ਆਹ ਪਰਮਿਸ਼ਨਾਂ ਤੁਸੀਂ ਲਈਆਂ ਸੀ ਜਾਂ ਨਹੀਂ ਲਈਆਂ ਸੀ? ਅਗਰ ਤੁਸੀਂ ਭਾਰਤ ਸਰਕਾਰ ਤੋਂ ਪਰਮਿਸ਼ਨਾਂ ਲਈਆਂ ਸੀ, ਹੁਣ ਤੁਸੀਂ ਪਰਮਿਸ਼ਨਾਂ ਕਿਉਂ ਨਹੀਂ ਲੈ ਰਹੇ? ਉਦੋਂ ਤੁਸੀਂ ਪ੍ਰਧਾਨ ਸੀ, ਉਦੋਂ ਤੁਹਾਨੂੰ ਲੋੜ ਸੀ, ਅੱਜ ਤੁਸੀਂ ਪ੍ਰਧਾਨ ਨਹੀਂ ਤਾਂ ਪਰਮਿਸ਼ਨ ਦੀ ਲੋੜ ਨਹੀਂ। ਇੱਕ ਦੂਜਾ, ਸੰਗਤ ਮੇਰੇ ਸੱਚ ਦੱਸੋ ਕਿ 2005 ਵਾਲੀ ਗੋਲਕ ਕਿੱਥੇ ਆ, ਪੈਸਾ ਕਿਹਦੇ ਕੋਲ ਆ? ਤੀਜਾ, ਸੰਗਤ ਨੂੰ ਇਹ ਸੱਚ ਦੱਸੋ ਕਿ ਤੁਸੀਂ ਜਿਹੜਾ 75 ਲੱਖ ਲੈ ਰਹੇ ਜੀ, ਇਹ 75 ਲੱਖ ਰੁਪਇਆ ਤੁਸੀਂ ਕਿਸ ਪੈਸੇ ਲੈ ਰਹੇ ਜੀ? ਜਦੋਂ 200 ਰੁਪਇਆ ਦੇਣਾ ਪੈਂਦਾ ਹੈ, ਸੰਗਤ ਨੂੰ ਝੂਠ ਬੋਲ ਕੇ 5000 ਰੁਪਇਆ ਇਕੱਠਾ ਕਰ ਰਹੇ ਜੀ। ਔਰ ਚੌਥੀ ਗੱਲ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਸੰਗਤ ਨੂੰ ਇਹ ਵੀ ਜਵਾਬ ਦੇ ਦਿਓ, ਜਿਹੜੀ ਹੁਣ ਗੋਲਕ ਲੈ ਕੇ ਚੱਲੇ ਜੀ, ਇਹ ਕਿਹਨੂੰ ਦਿਓਗੇ? ਪਿਛਲੀ ਗੋਲਕ ਨਾਲ ਵਾਪਸ ਮੋੜੋਗੇ? ਗੁਰਦੁਆਰਾ ਸਾਹਿਬ ਨੂੰ ਦਿਓਗੇ? ਲੋਕਾਂ 'ਚ ਵੰਡੋਗੇ? ਇਹ ਲੋਕਾਂ ਨੂੰ ਜਾਣਕਾਰੀ ਦਿਓ। ਸੰਗਤ ਤੁਹਾਨੂੰ ਪੁੱਛਣਾ ਚਾਹੁੰਦੀ, ਕਿਉਂਕਿ ਤੁਸੀਂ ਗੁਰਦੁਆਰਾ ਸਾਹਿਬ ਨੂੰ ਆਪਣਾ ਵਪਾਰ ਬਣਾ ਲਿਆ, ਕਾਰੋਬਾਰ ਬਣਾ ਲਿਆ। ਇਹ ਕਾਰੋਬਾਰ ਔਰ ਵਪਾਰ ਕਰਨੇ ਚੰਗੀ ਗੱਲ ਆ, ਪਰ ਗੁਰੂ ਦੇ ਨਾਮ ਤੇ ਕਰਨਾ ਓਨੀ ਹੀ ਮਾੜੀ ਗੱਲ ਆ। ਬਹੁਤ ਬਹੁਤ ਧੰਨਵਾਦ, ਤੁਹਾਡਾ ਕੋਈ ਸਵਾਲ ਹੋ ਤਾਂ ਪੁੱਛੋ। ਜੀ ਹਮਨੇ ਤੋ ਕੋਈ ਆਰੋਪ ਨਹੀਂ ਲਗਾਇਆ, ਹਮਨੇ ਸਿਰਫ ਕਾਗਜ਼ ਦੀ ਹੈ, ਔਰ ਉਹ ਕਾਗਜ਼ੋ ਮੇ ਹੈ। ਲੇਕਿਨ ਜੋ ਉਨਕੇ ਆਰੋਪ ਹੈ ਕਿ ਆਪ ਖੂਨ ਮਾਫੀਆ ਹੈ, ਜਮੀਨ ਉਤੇ ਕਬਜ਼ਾ, ਇਹ ਦੇ ਕੋਈ ਉਨਕਾ ਕਾਮ ਹੈ? ਉਹ ਤੋ ਵਿਚਾਰ ਨਹੀਂ ਦਿਵਾ। ਭਾਈ ਮੇਰੇ ਕੋ ਮਾਨਾ ਨਹੀਂ, ਉਸਕੋ ਮੈਂ ਕੀ ਕਰੂੰ ਕਿ ਮਾਨਾ ਨਹੀਂ? ਬਤਾਓ, ਮੇਰੀ ਬਾਤ ਸੁਣੋ, ਕਿਆ ਮਨ ਪੇ ਕੇਸ ਡਾਲੂ ਮੈਂ? 90 ਸਾਲ ਦੀ ਉਮਰ ਤੋਂ ਕੋਰਟ ਮੇ ਘੁਮਾਉਂਗਾ, ਅੱਛੀ ਬਾਤ ਹੈ? ਮੈਂ 80-80 ਲੱਖ ਲੋਕੋ 80-80 ਸਾਲ ਦੀ ਉਮਰ ਹੈ, ਵਿਚਾਰੋ ਸੇ ਚਲਾ ਜਾਤਾ ਨਹੀਂ, ਕੋਰਟ ਮੇ ਮੈਂ ਕੇਸ ਡਾਲੂਗਾ, ਸੀਗਾ ਚਲੇਗੇ, ਮੈਂ ਉਹਨਾਂ ਕੋ ਤਕਲੀਫ ਨਹੀਂ ਦੇਣਾ ਚਾਹੁੰਦਾ। ਮੈਂ ਪ੍ਰਸਿਊਮ ਕਰ ਰਿਹਾ ਕਿਉਂਕਿ ਉਹਨਾਂ ਨੇ ਜੋ ਉਹਨਾਂ ਨੇ ਅਪਲਾਈ ਕੀਤਾ ਹੈ ਤੇ ਉਹ ਜ਼ਰੂਰ ਮੀਡੀਆ ਨੂੰ ਕਾਗਜ਼ ਦੇਣ। ਜੀ ਮੈਂ ਤਾਂ ਡਾਕੂਮੈਂਟ ਦੇ ਦਿੱਤਾ, ਉਹਨਾਂ ਨੇ ਸਾਈਨ ਡਾਕੂਮੈਂਟ ਦੇ ਦਿੱਤਾ। ਹਿਸਾਬ ਦਾ ਪ੍ਰੋਟੋਕੋਲ ਇਹ ਆ, ਇਹ ਬਾਇਲੇਟਰਲ ਪ੍ਰੋਟੋਕੋਲ ਆ ਬਿਟਵੀਨ ਟੂ ਕੰਟਰੀਜ਼। ਜੋ ਵੀ ਅੱਜ ਤੱਕ ਗੱਲਬਾਤ ਹੁੰਦੀ ਆ, ਸਾਰੀ ਇਸੇ ਪ੍ਰੋਟੋਕੋਲ ਦੇ ਵਿਆਪ ਤੇ ਹੁੰਦੀ ਆ, ਚਾਹੇ ਨਗਰ ਕੀਰਤਨ ਨਿਕਲੇ ਚਾਹੇ ਜੱਥੇ ਜਾਣ, ਉਹ ਪ੍ਰੋਟੋਕੋਲ ਕੀ ਕਹਿੰਦਾ ਹੈ ਕਿ ਐਪੈਕਸ ਬੋਡੀ ਜਿਹੜੀ ਆ ਉਹ ਡਿਸਾਈਡ ਕਰੂਗੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ। ਜਿਹੜੀ ਇਲੈਕਟਿਡ ਬੋਡੀਜ਼ ਨੇ ਉਹੀ ਜਾ ਸਕਦੀਆਂ ਨੇ। ਜਦੋਂ ਅਸੀਂ ਕੋਈ ਵੀਜ਼ਾ ਅਪਲਾਈ ਕਰਦੇ ਹਾਂ, ਜਦੋਂ ਸਰਦਾਰ ਸਾਹਿਬ ਪ੍ਰਧਾਨ ਸੀ ਉਦੋਂ ਵੀ ਇਹ ਪ੍ਰੋਸੀਜਰ ਸੀ, ਅਸੀਂ ਗਵਰਨਮੈਂਟ ਆਫ ਫੈਡਰਲ ਲਿਖਦੇ ਹਾਂ, ਗਵਰਨਮੈਂਟ ਆਫ ਇੰਡੀਆ ਸਟੇਟ ਗਵਰਨਮੈਂਟ ਦਿੱਲੀ ਨੂੰ ਲਿਖਦੀ ਆ, ਔਰ ਪੰਜਾਬ ਦੀ ਐਜੀਪੀਸੀ ਵਾਸਤੇ ਪੰਜਾਬ ਸਰਕਾਰ ਨੂੰ ਲਿਖਦੀ ਆ। ਉਹਨੂੰ ਅਸੀਂ ਆਪਣੇ ਲਿਸਟ ਪ੍ਰੋਵਾਈਡ ਕਰਦੇ ਹਾਂ, ਉਹ ਸਾਰਾ ਵੈਰੀਫਾਈ ਕਰਕੇ ਤੇ ਗਵਰਨਮੈਂਟ ਆਫ ਇੰਡੀਆ ਨੂੰ ਵਾਪਸ ਦਿੰਦੇ ਆ। ਗਵਰਨਮੈਂਟ ਆਫ ਇੰਡੀਆ ਤੁਹਾਨੂੰ ਲਿਸਟ ਦਿੰਦੀ ਆ ਜਿਹਨੂੰ ਅਸੀਂ ਅਪਲਾਈ ਕਰਦੇ ਹਾਂ ਵੀਜ਼ਾ। 1974 ਦੇ ਪ੍ਰੋਟੋਕੋਲ ਬੜੇ ਕਲੀਅਰ ਨੇ, ਉਹਦੀ ਵਾਇਲੇਸ਼ਨ ਨਹੀਂ ਹੋ ਸਕਦੀ। ਉਹਨਾਂ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਇਲੈਕਟਿਵ ਬੋਡੀਜ਼ ਔਰ ਐਪੈਕਸ ਬੋਡੀ ਹੀ ਕੇਵਲ ਔਰ ਕੇਵਲ ਇਹ ਨਗਰ ਕੀਰਤਨ ਕੀਰਤਨ ਦਰਬਾਰ ਲਿਜਾ ਸਕਦੀ। ਪਰ ਅਸੀਂ ਕਿਸੇ ਲੋਕਰ ਵਾਲੇ ਵੀ ਜਿਹਦਾ ਜੋ ਜੀ ਕਰਦਾ ਕਰੇ, ਪਰ ਸਿਆਸਤ ਨਾ ਕਰੇ, ਗੁਰੂ ਦੇ ਨਾਮ ਦਾ ਬਦਨਾਮ ਨਾ ਕਰੇ, ਵਰਤੋਂ ਨਾ ਕਰੇ ਗੁਰੂ ਨਾਮ।
ਮੇਰਾ ਸੱਤ ਸਾਲ ਦੀ ਸਥਾਪਨਾ ਹੁੰਦਾ ਗੁਰਦੁਆਰਾ ਕਮੇਟੀ, ਗੁਰਦੁਆਰਾ ਕਮੇਟੀ ਦੇ ਕੌਣ ਸੀ ਉਹਦੇ, ਉਹ ਮੈਂ ਦੱਸਿਆ ਉਹਨਾਂ ਨੇ ਕਸੂਰੀ ਵਿਚਾਰੇ ਉਮਰ ਇੰਨੀ ਹੋ ਗਈ, ਉਹਨੂੰ ਪਤਾ ਹੀ ਨਹੀਂ ਲੱਗਦਾ ਹੈਗਾ, ਨਾ ਫਿਰ ਉਹਨੂੰ ਸਵਾਲ ਸਮਝਾਉਂਦੇ ਨੇ। ਮੈਂ ਸਮਝਦਾ ਕਿ ਕਿਆ ਇਸ ਤੋਂ ਵੱਡਾ ਅਫਸੋਸ ਇਹ ਸਵਾਲ ਉਹ ਜਵਾਬ ਹੋ ਸਕਦਾ ਹੈ ਕਿ ਗੁਰਦੁਆਰਾ ਕਮੇਟੀ ਦੇ ਅੰਦਰ ਬੰਦਾ ਕਹਿੰਦਾ ਸਿਲਸਿਲੇ ਕੋਲ ਜਿਹੜਾ ਗੋਲਕ ਦਾ ਹਿਸਾਬ ਤੇ, ਗੋਲਕ ਦਾ ਹਿਸਾਬ ਤੇ ਗੁਰਦੁਆਰਾ ਕਮੇਟੀ ਕੋਲ ਮੇਰੀ ਨਿੱਜੀ ਥੋੜ੍ਹਾ ਏਰੀਆ ਤੇ ਤੁਹਾਡੀ ਨਿੱਜੀ ਆ, ਤੁਸੀਂ ਲੈ ਕੇ ਜਾਏ ਸਾਹਿਬ ਸਭ ਕੁਝ ਤੁਸੀਂ ਦੇਣਾ ਹੈ, ਮੇਰਾ ਕੋਈ ਗੁਰਦੁਆਰਾ ਕਮੇਟੀ ਦਾ ਜਿਹੜਾ ਹਿਸਾਬ ਚੈੱਕ ਕਰਦਾ ਹੋ ਜਾ ਕੇ ਚੈੱਕ ਕਰੋ, ਅਸੀਂ ਹਾਰਮ ਨਹੀਂ, ਮੇਰਾ ਬਾਹਰ ਲਗਾ ਦਿੰਦੇ ਹਿਸਾਬ, ਅਸੀਂ ਸਰਨਾ ਸਾਹਿਬ ਵਰਗੂ ਕੋਈ ਚੋਰੀਆਂ 'ਚ ਯਕੀਨ ਨਹੀਂ ਕਰਦੇ, ਇੱਥੇ ਮਾਮਲਾ ਕਮੇਟੀ ਹੈ, ਇਸੇ ਕਰਕੇ ਹਰ ਹਫ਼ਤੇ ਦਾ ਬਾਅਦ ਹਿਸਾਬ ਲੱਗਦਾ ਹਰ ਮਹੀਨੇ ਦਾ, ਔਰ ਆ ਕੇ ਲਾਗੂ ਆ। ਸਰਨਾ ਸਾਹਿਬ ਨੇ ਸਾਰੇ ਚੋਰੀ ਦੇ ਕੰਮ ਕੀਤੇ, ਮੈਂ ਉਹਦੇ 'ਚ ਜਾਣਾ ਨਹੀਂ ਚਾਹੁੰਦਾ। ਮੈਂ ਫਿਰ ਕਹਾਂ, ਮੈਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰੋਗਰਾਮ ਦੇ ਦੌਰਾਨ ਕਿਸੇ ਵੀ ਗੰਦੇ ਕਿਸਮ ਦੀ ਰਾਜਨੀਤੀ ਦਾ ਵਿਰੋਧ ਕਰਨ ਵਾਲੇ, ਵਿਰੋਧ ਕਰਨ ਵਾਲਾ ਆਦਮੀ ਆ, ਉਹਦਾ ਹਿਸਾਬ ਦੇ ਮਾਰਨ, ਇਸ ਕਰਕੇ ਮੈਂ ਕੋਈ ਦੋਸ਼ ਦੋਸ਼ ਨਹੀਂ ਪਾਇਆ। ਜਨਾਬ ਜੀ ਆ ਤੁਹਾਨੂੰ ਸਭ ਨੂੰ ਲੇਖ ਦੇ ਦਿੱਤਾ ਹੈ, ਆ ਲੇਖ ਜ਼ਰੂਰ ਹੈ। जो हमारे लोग जा रहे हैं उनके घरों में प्री वेरिफिकेशन शुरू हो चुकी है, उनके घरों में प्री वेरिफिकेशन शुरू हो चुकी है, इनके कल करके गए साथी इनके। अच्छा मैं एक बात और, एक नोट पर बात की कॉपी में भी आपके साथ और शेयर करो, थी नहीं एक मैं आपको देगा, जो मिनिस्ट्री ऑफ एक्सटर्नल अफेयर्स में जो हमारी पुरानी डेट थी, क्योंकि पहले हमारी 29 को जा रहा था जब शर्मा साहब का जा रहा था, इसलिए हमने अपनी डेट आगे कर ली, पहले कर ली, वो मैं आपको कॉपी प्रोवाइड करा। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।